ਤੇ ਕਿਹਾ ਵੀ ਜਾਂਦਾ ਵੀ ਕਿਸਾਨ ਦੀ ਦੀਵਾਲੀ ਤੇ ਦੁਸਹਿਰਾ ਝੋਨੇ ਦੀਆਂ ਢੇਰੀਆਂ ਤੇ ਸੋ ਕੇ ਗੁਜ਼ਰਦਾ, ਸੋ ਦਿਨ ਚਲੇ ਗਏ। ਸੋ ਸਾਡਾ ਪੰਜਾਬ ਦੇ ਕਿਸਾਨਾਂ ਨਾਲ ਵਾਅਦਾ ਆ ਕਿ ਅਸੀਂ 24 ਘੰਟੇ ਦੇ ਵਿੱਚ ਵਿੱਚ ਪੇਮੈਂਟ ਪਾਵਾਂਗੇ। ਔਰ ਪੰਜਾਬ ਦੇ ਕਿਸਾਨਾਂ ਨੂੰ ਸਾਡੀ ਬੇਨਤੀ ਆ, ਅਪੀਲ ਆ, ਹੰਬਲ ਰਿਕੁਐਸਟ ਆ ਵੀ ਇਸ ਵਾਰ ਪਰਾਲੀ ਨੂੰ ਅੱਗ ਨਾ ਲਾਈ ਜਾਵੇ। ਪਰਾਲੀ ਦਾ ਧੂੰਆਂ ਸਭ ਨੂੰ ਖਰਾਬ ਮਤਲਬ ਕਰਦਾ, ਸੋ ਵਾਤਾਵਰਨ ਸਾਫ਼ ਰੱਖੀਏ। ਸੋ ਫਸਲ ਨੂੰ ਸਵਾਰ ਕੇ ਲੈ ਕੇ ਮੰਡੀ ਜਾਣ, ਇਕੱਲਾ ਇਕੱਲਾ ਦਾਣਾ ਚੱਕਾਂਗੇ। ਪੰਜਾਬ ਕੈਬਨਿਟ ਮੰਤਰੀ ਮੰਡੀ ਦਾ ਦੌਰਾ ਅੱਜ ਦੌਰਾ ਕਰਨ ਪਹੁੰਚੇ ਨੇ ਤਾਂ ਜਾਇਜ਼ਾ ਲਿਆ ਜਾ ਰਿਹਾ ਹੈ। ਉਹਨਾਂ ਦੇ ਨਾਲ ਤਰਨ ਤਾਰਨ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਵੀ ਹਾਜ਼ਰ ਨੇ। ਸਰ, ਤੁਸੀਂ ਮੰਡੀ ਵਿੱਚ ਪਹੁੰਚੇ ਔਰ ਮੰਡੀ ਦਾ ਕਿਸ ਦੌਰਾ ਕੀਤਾ ਤੇ ਕਿਸ ਤਰ੍ਹਾਂ ਦੇ ਇੱਥੇ ਪ੍ਰਬੰਧ ਲੱਗੇ ਤੇ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਪੂਰਾ ਬੰਦੋਬਸਤਾਂ ਦੇ ਉੱਤੇ ਅਸੀਂ ਲਗਾਤਾਰ ਨਿਗਾਹ ਰੱਖ ਰਹੇ ਹਾਂ ਔਰ ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਜਿਹੜਾ ਪੰਜਾਬ ਦੇ ਲੋਕਾਂ ਨਾਲ, ਖਾਸ ਕਰਕੇ ਕਿਸਾਨਾਂ ਨਾਲ ਵਾਅਦਾ ਕੀਤਾ ਵੀ ਇਕੱਲਾ ਇਕੱਲਾ ਦਾਣਾ ਚੱਕਾਂਗੇ ਔਰ 24 ਘੰਟਿਆਂ ਦੇ ਵਿੱਚ ਵਿੱਚ ਜਿਹੜੀ ਉਹ ਪੇਮੈਂਟ ਕਿਸਾਨ ਦੇ ਖਾਤੇ 'ਚ ਪਾਵਾਂਗੇ। ਸੋ ਮੈਂ ਸਮਝਦਾ ਕਿ ਪੰਜਾਬ ਦੇ ਅੰਦਰ ਬੜਾ ਹਿਸਟੋਰੀਕਲ ਰਿਕਾਰਡ ਹੈ ਕਿ ਕਿਸਾਨ ਸਵੇਰੇ ਆਉਂਦਾ, ਸ਼ਾਮ ਨੂੰ ਫਸਲ ਚੱਕੀ ਜਾਂਦੀ ਹੈ, ਸ਼ਾਮ ਨੂੰ ਆਉਂਦਾ ਤਾਂ ਸਵੇਰੇ ਚੱਕੀ ਜਾਂਦੀ ਹੈ। ਔਰ ਹੁਣ ਤੱਕ ਪੰਜਾਬ ਦੀ ਮੰਡੀਆਂ ਦੇ ਅੰਦਰ 45 ਲੱਖ ਮੀਟ੍ਰਿਕ ਟਨ ਜਿਹੜਾ ਉਹ ਝੋਨਾ ਪਹੁੰਚਿਆ ਤੇ ਚੰਗੀ ਗੱਲ ਇਹ ਹੈ ਕਿ ਅਸੀਂ 43.5 ਲੱਖ ਮੀਟ੍ਰਿਕ ਜਿਹੜਾ ਟਨ ਉਹ ਅਨਾਜ ਖਰੀਦ ਚੁੱਕੇ ਹਾਂ, ਭਾਵ 95% ਜਿਹੜਾ ਆ ਉਹ ਝੋਨਾ ਮੰਡੀਆਂ ਤੋਂ ਖਰੀਦਾ ਜਾ ਚੁੱਕਿਆ ਔਰ ਉਹਦੀ ਬਣਦੀ ਪੇਮੈਂਟ ਵੀ ਨਾਲ ਦੀ ਨਾਲ 6,100 ਕਰੋੜ ਰੁਪਈਆ ਕਿਸਾਨਾਂ ਦੇ ਖਾਤੇ 'ਚ ਰਿਲੀਜ਼ ਕੀਤਾ ਜਾ ਚੁੱਕਿਆ। ਜੋ ਜਿਵੇਂ ਆਮ ਹੀ ਮਤਲਬ ਸੋਚਿਆ ਜਾਂਦਾ ਕਿ ਪੰਜਾਬ ਦੇ ਅੰਦਰ ਝੋਨੇ ਦਾ ਸੀਜ਼ਨ ਆਇਆ ਤੇ ਕਿਸਾਨ ਦੇ ਮਨ 'ਚ ਇਹ ਹੁੰਦਾ ਵੀ ਹੁਣ ਹਫ਼ਤਿਆਂ ਵਧੀ ਉੱਥੇ ਰਹਿਣੇ ਪੈਣਾ, ਢੇਰੀ ਤੇ ਸੌਣੇ ਪੈਣਾ, ਤੇ ਕਿਹਾ ਵੀ ਜਾਂਦਾ ਵੀ ਕਿਸਾਨ ਦੀ ਦੀਵਾਲੀ ਤੇ ਦੁਸਹਿਰਾ ਝੋਨੇ ਦੀਆਂ ਢੇਰੀਆਂ ਤੇ ਸੋ ਕੇ ਗੁਜ਼ਰਦਾ, ਸੋ ਦਿਨ ਚਲੇ ਗਏ। ਹੁਣ ਤਾਂ ਮਤਲਬ ਬਹੁਤ ਸਮੂਥਲੀ ਕੰਮ ਚੱਲ ਰਿਹਾ। ਸੋ ਸਾਡਾ ਪੰਜਾਬ ਦੇ ਕਿਸਾਨਾਂ ਨਾਲ ਵਾਅਦਾ ਆ ਕਿ ਅਸੀਂ 24 ਘੰਟੇ ਦੇ ਵਿੱਚ ਵਿੱਚ ਪੇਮੈਂਟ ਪਾਵਾਂਗੇ, ਪਾ ਰਹੇ ਹਾਂ ਔਰ ਇਹ ਰਿਕਾਰਡ ਆ ਹਿਸਟਰੀ ਦੇ ਅੰਦਰ ਕਿ ਹੁਣ ਕਿਸਾਨ ਫਸਲ ਲੈ ਕੇ ਆਉਂਦਾ, ਟਾਈਮ ਸਿਰ ਚੱਕੀ ਜਾਂਦੀ ਆ, ਟਾਈਮ ਸਿਰ ਉਹਦੇ ਖਾਤੇ 'ਚ ਪੈਸੇ ਪੈ ਰਹੇ ਆ। ਸੋ ਜਿਵੇਂ ਮੈਂ ਦੱਸਿਆ ਕਿ ਪੰਜਾਬ ਦੇ ਅੰਦਰ 1854 ਅਸੀਂ ਖਰੀਦ ਕੇਂਦਰ ਬਣਾਏ ਆ ਔਰ ਇਹਨਾਂ ਦੇ ਵਿੱਚ ਲਗਭਗ 8.5 ਲੱਖ ਤੋਂ ਉੱਪਰ ਕਿਸਾਨ ਜਿਹੜਾ ਉਹ ਆਪਣੀ ਫਸਲ ਲੈ ਕੇ ਆਉਂਦਾ। ਸੋ ਪੂਰੇ ਬੰਦੋਬਸਤ ਕੀਤੇ ਆ ਔਰ ਪੰਜਾਬ ਦੇ ਕਿਸਾਨਾਂ ਨੂੰ ਸਾਡੀ ਬੇਨਤੀ ਆ, ਅਪੀਲ ਆ, ਹੰਬਲ ਰਿਕੁਐਸਟ ਆ ਵੀ ਇਸ ਵਾਰ ਪਰਾਲੀ ਨੂੰ ਅੱਗ ਨਾ ਲਾਈ ਜਾਵੇ। ਪਰਾਲੀ ਦਾ ਧੂੰਆਂ ਸਭ ਨੂੰ ਖਰਾਬ ਮਤਲਬ ਕਰਦਾ, ਸੋ ਵਾਤਾਵਰਨ ਸਾਫ਼ ਰੱਖੀਏ। ਸੋ ਫਸਲ ਨੂੰ ਸਵਾਰ ਕੇ ਲੈ ਕੇ ਮੰਡੀ ਜਾਣ, ਇਕੱਲਾ ਇਕੱਲਾ ਦਾਣਾ ਚੱਕਾਂਗੇ। ਪੂਰੇ ਇੰਤਜ਼ਾਮ ਪੰਜਾਬ ਦੇ ਵਿੱਚ ਸਰਕਾਰ ਨੇ ਕੀਤੇ। ਸਰ, ਸੋਚ ਸਕਦੇ ਪਹਿਲਾਂ ਬਹੁਤ ਖਿਆਲ ਰੱਖਦੇ ਆ, ਆਉਂਦੇ ਆ, ਮੰਡੀ ਦੌਰਾ ਵੀ ਕਰਦੇ ਆ, ਇਹ ਗੱਲ ਨਹੀਂ, ਬਿਲਕੁਲ ਖੁਸ਼ ਹੈ ਕਿਸਾਨ। ਪਰ ਜਿਹੜੀ ਮਸਲਾ ਹੈਗਾ ਥੋੜ੍ਹਾ ਜਿਹਾ ਮੰਡੀ ਦੇ ਵਿੱਚ ਜਿਹੜਾ ਵਾ ਸਾਫ਼ ਸਫਾਈ ਨਹੀਂ ਹੁੰਦੀ, ਗੰਦ ਬਦਬੂ, ਬਿਮਾਰੀ ਫੈਲਦਾ। ਕੋਈ ਨੀ, ਮਤਲਬ ਬੇਸਿਕਲੀ ਤੇ ਦੇਖੋ ਲੀਓ ਲਥਾ ਪੰਜਾਬ ਮਿਲਿਆ। ਸੋ ਤੁਹਾਨੂੰ ਅਜੇ ਵੀ ਕਈ ਇਲਾਕਿਆਂ 'ਚ ਮੈਂ ਜਾਣਾ, ਕੱਚੀ ਮੰਡੀਆਂ ਦੇ ਵਿੱਚ ਕਿਸਾਨ ਜਿਹੜੀ ਫਸਲ ਲੈ ਕੇ ਆਉਂਦੇ ਆ। ਸੋ ਲਗਾਤਾਰ 18 ਮਹੀਨਿਆਂ ਦੇ ਵਿੱਚ ਸਰਕਾਰ ਨੇ ਬੜੇ ਵੱਡੇ ਕਦਮ ਪੁੱਟਿਆ ਪੰਜਾਬ ਦੇ ਲੋਕਾਂ ਦੇ, ਪੰਜਾਬ ਦੇ ਜਨਮਾਨਸ ਦੇ ਭਲੇ ਲਈ। ਸੋ ਮੰਡੀਆਂ ਦੇ ਅੰਦਰ, ਕਿਉਂਕਿ ਸੀਜ਼ਨ ਬਹੁਤ ਵੱਡਾ ਔਰ 182 ਲੱਖ ਮੀਟ੍ਰਿਕ ਟਨ ਦਾ ਟਾਰਗੇਟ ਆ, ਸੋ ਕਿਤੇ ਮਾੜੀ ਮੋਟੀ ਕੋਈ ਸਮੱਸਿਆ ਰਹਿ ਸਕਦੀ ਹੈ। ਵੀ ਮੁੱਖ ਗੱਲ ਜਿਹੜੀ ਹੈ ਵੀ ਕਿਸਾਨ ਮੰਡੀ 'ਚ ਨਾ ਖੱਜਲ ਹੋਵੇ, ਉਹਨੂੰ ਟਾਈਮ ਸਿਰ ਪੈਸਾ ਮਿਲੇ, ਉਹ ਅਸੀਂ 100% ਜਿਹੜਾ ਉਹ ਟਾਰਗੇਟ ਪੂਰਾ ਕਰਦੇ। ਸੋ ਸਾਹਿਬ, ਮੰਤਰੀ ਆਏ ਨੇ ਔਰ ਦੌਰਾ ਕੀਤਾ ਔਰ ਸਨਮਾਨ ਵੀ ਕੀਤਾ ਔਰ ਦੱਸਦੇ ਨੇ ਕਿ ਛੋਟੀ ਮੋਟੀ ਕਮੀ ਰਹੀ ਉਹਨੂੰ ਦੂਰ ਕੀਤਾ ਜਾਊਗਾ। ਤੁਸੀਂ ਮੰਡੀਆਂ ਵਿੱਚ ਆਉਂਦੇ ਜੋ, ਜਾਇਜ਼ਾ ਵੀ ਲੈਂਦੇ ਜੋ, ਇਹਨੂੰ ਕਿਸ ਤਰ੍ਹਾਂ ਤੁਸੀਂ ਵੇਖੋਗੇ? ਅੱਜ ਵੇਖੋ ਜੀ, ਸਾਡੇ ਮਾਨਯੋਗ ਮੰਤਰੀ ਕਟਾਰੂ ਚੱਕ ਜੀ ਪਹੁੰਚੇ ਨੇ ਤਰਨ ਤਾਰਨ ਦਾਣਾ ਮੰਡੀ ਦੇ ਵਿੱਚ। ਉਹਨਾਂ ਨੇ ਜਿਹੜੀ ਜੋ ਝੋਨੇ ਦੀ ਚੱਲ ਰਹੀ ਹੈ ਖਰੀਦ, ਉਹਦਾ ਜਾਇਜ਼ਾ ਲਿਆ ਵਾ। ਕੋਈ ਵੀ ਸ਼ਿਕਾਇਤ ਨਹੀਂ ਮਿਲੀ, ਬੜਾ ਸਮੂਥਲੀ ਕੰਮ ਜਿਹੜਾ ਵਾ ਉਹ ਚੱਲ ਰਿਹਾ। ਜਦੋਂ ਦੀ ਭਗਵੰਤ ਮਾਨ ਸਰਕਾਰ ਆਈ ਆ ਪੰਜਾਬ ਦੇ ਵਿੱਚ, ਉਦੋਂ ਤੋਂ ਜਿਹੜਾ ਵਾ ਕਿਸਾਨਾਂ ਦੀਆਂ ਮੁਸ਼ਕਲਾਂ ਜਿਹੜੀਆਂ ਬਹੁਤ ਹੱਦ ਤੱਕ ਦੂਰ ਹੋ ਗਈਆਂ। ਜਿਹੜੀਆਂ ਕੋਈ ਇੱਕਾ ਦੁੱਕਾ ਹੋਣਗੀਆਂ ਵੀ, ਉਹ ਵੀ ਜਿਹੜੀਆਂ ਦੂਰ ਕਰਨ ਦੇ ਪ੍ਰਬੰਧ ਕੀਤੇ ਜਾ ਰਹੇ ਆ। ਸੋ ਮੰਤਰੀ ਜੀ ਅੱਜ ਆਏ ਆ, ਇਹਨਾਂ ਦਾ ਧੰਨਵਾਦ ਕਰਦੇ ਹਾਂ। ਇਹਨਾਂ ਦੇ ਆਉਣ ਦੇ ਨਾਲ ਹੋਰ ਵੀ ਜਿਹੜਾ ਇਹ ਕੰਮ ਆ ਉਹ ਚੁਸਤ ਦਰੁਸਤ ਹੋਏਗਾ। ਸੋ ਕਿਸਾਨਾਂ ਨੂੰ ਵੀ ਅਪੀਲ ਆ ਕਿ ਉਹ ਜਿਸ ਤਰ੍ਹਾਂ ਮੰਤਰੀ ਜੀ ਨੇ ਵੀ ਕਿਹਾ ਕਿ ਝੋਨਾ ਜਿਹੜਾ ਵਾ ਉਹ ਵਧੀਆ ਸੁੱਕਾ ਲੈ ਕੇ ਆਉਣ ਤਾਂ ਕਿ ਉਹਨਾਂ ਨੂੰ ਇੱਥੇ ਕੋਈ ਦਿੱਕਤ ਨਾ ਆਵੇ। ਫਿਰ ਵੀ ਜਿਹੜਾ ਵਾ ਉਸੇ ਦਿਨ ਹੀ ਖਰੀਦ ਤੇ ਉਸੇ ਦਿਨ ਹੀ ਜਿਹੜਾ ਉਹਨਾਂ ਦੇ ਪੈਸੇ ਜਿਹੜੇ ਪੈ ਰਹੇ ਆ। ਸੋ ਇਹ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਵਾ, ਅਸੀਂ ਧੰਨਵਾਦ ਕਰਦੇ ਹਾਂ ਮੰਤਰੀ ਜੀ ਦਾ ਸਾਡੇ ਕੋਲ ਪਹੁੰਚੇ। ਸੋ ਇਹ ਸਨ ਡਾਕਟਰ ਕਸ਼ਮੀਰ ਸਿੰਘ ਸੋਹਲ ਔਰ ਕੈਬਨਿਟ ਮੰਤਰੀ ਪੰਜਾਬ ਜਿਹੜੇ ਕਿ ਤਰਨ ਤਾਰਨ ਦਾਣਾ ਮੰਡੀ ਵਿੱਚ ਪਹੁੰਚੀ, ਜਾਇਜ਼ਾ ਲੈ ਗਿਆ ਔਰ ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਜਿਹੜੀ ਸਮੱਸਿਆ ਵਾ
ਉਹ ਸਮੱਸਿਆ ਨੂੰ ਵੀ ਜਿਹੜਾ ਵਾ ਇੱਥੇ ਜਲਦ ਖਤਮ ਕਰ ਦਿੱਤਾ ਹੈ। ਸਮੱਸਿਆ ਜਿਹੜੀ ਹੈਗੀ ਆ ਕਿ ਸਾਫ਼ ਸਫਾਈ ਨਾ ਹੋਣ ਕਰਕੇ ਬੜੀ ਸਮੱਸਿਆ ਆ ਰਹੀ ਹੈ। ਹੁਣ ਦੇਖਣਾ ਹੋਏਗਾ ਕਿ ਤਰਨ ਤਾਰਨ ਦਾ ਪ੍ਰਸ਼ਾਸਨ ਮੰਡੀ ਦਾ ਜਿਹੜਾ ਵਾ ਉਹ ਸਾਫ਼ ਸਫਾਈ ਵੱਲ ਕਿੰਨੀ ਛੇਤੀ ਧਿਆਨ ਦੇ ਪਾਉਂਦਾ ਹੈ। ਵਿਜੇ ਕੁਮਾਰ, ਜਗਬਾਣੀ ਟੀਵੀ, ਤਰਨ ਤਾਰਨ।